ਜਲੰਧਰ ਦੀ ਨੇੜਲੇ ਪਿੰਡ ਸੰਮੀਪੁਰ ਵਿੱਚ ਕਬੱਡੀ ਦਾ ਮਹਾਕੁੰਭ ਕਰਵਾਇਆ ਗਿਆ, ਜਿੱਥੇ 8 ਅਕੈਡਮੀਆਂ ਦੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਇਹਨਾਂ 'ਚੋਂ ਪਹਿਲੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 1.5 ਲੱਖ ਰੁਪਏ ਅਤੇ ਦੂਸਰੇ ਨੰਬਰ 'ਤੇ ਆਉਣ ਵਾਲੀ ਟੀਮ ਨੂੰ 1 ਲੱਖ ਰੁਪਇਆ ਦੇ ਕੇ ਸਨਮਾਨਿਤ ਕੀਤਾ ਗਿਆ। ਪੂਰਾ ਦਿਨ ਚੱਲਦੇ ਰਹੇ ਸਾਰੇ ਹੀ ਮੁਕਾਬਲੇ ਬਹੁਤ ਫਸਵੇਂ ਸਨ, ਪਰ ਫਾਈਨਲ ਮੁਕਾਬਲਾ SGPC ਫਤਿਹਗੜ੍ਹ ਸਾਹਿਬ ਦੀ ਟੀਮ ਅਤੇ ਘੁੱਗਸ਼ੋਰ ਦੀ ਟੀਮ ਵਿਚਕਾਰ ਹੋਇਆ। ਇਸ ਫਾਈਨਲ ਮੁਕਾਬਲੇ ਵਿੱਚ SGPC ਫਤਿਹਗੜ੍ਹ ਸਾਹਿਬ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਉਹਨਾਂ ਨੂੰ 1.5 ਲੱਖ ਰੁਪਏ ਅਤੇ ਦੂਜੇ ਨੰਬਰ 'ਤੇ ਰਹਿਣ ਵਾਲੀ ਟੀਮ ਘੁੱਗਸ਼ੋਰ ਨੂੰ 1 ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਇਸ ਕਬੱਡੀ ਕੱਪ ਦੇ ਬੈਸਟ ਰਹੇ ਰੇਡਰ ਲੱਡਾ ਬਲਪੁਰੀਆ ਨੂੰ ਅਤੇ ਬੈਸਟ ਜਾਫੀ ਕੁਲਦੀਪ ਸ਼ਿਕਾਰ ਮਾਸੀਆਂ ਨੂੰ ਵੀ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਟੂਰਨਾਮੈਂਟ ਨੂੰ ਵੇਖਣ ਲਈ ਜਿੱਥੇ ਲੋਕਾਂ ਦੀ ਭਾਰੀ ਭੀੜ ਜੁਟੀ, ਉੱਥੇ ਹੀ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪੁੱਜੇ ਹਲਕਾ ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਅਤੇ ਕਈ ਹੋਰ ਸ਼ਖਸੀਅਤਾਂ ਨੇ ਵੀ ਇਸ ਮੌਕੇ ਪਹੁੰਚ ਕੇ ਇਸ ਮੇਲੇ ਦੀ ਸ਼ੋਭਾ ਵਧਾਈ। ਸਾਡੇ ਨਾਲ ਹਨ ਹਲਕਾ ਕਰਤਾਰਪੁਰ ਦੇ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਜੀ। ਚੌਧਰੀ ਸੁਰਿੰਦਰ ਸਿੰਘ ਜੀ, ਤੁਸੀਂ ਸੰਮੀਪੁਰ ਦੇ ਕਬੱਡੀ ਟੂਰਨਾਮੈਂਟ 'ਤੇ ਪਹੁੰਚੇ ਆ, ਕੀ ਆਉਣ ਵਾਲੀ ਪੀੜ੍ਹੀ ਨੂੰ ਪ੍ਰੇਰਿਤ ਕਰਨਾ ਚਾਹੁੰਦੇ? ਅੱਜ NRA ਕਲੱਬ ਜਿਹੜਾ ਸੰਮੀਪੁਰ ਦੇ ਜਿਹੜੇ NRAs ਆ ਉਹਨਾਂ ਦਾ ਬਣਿਆ ਹੋਇਆ, ਔਰ ਜਗਜੀਤ ਸਿੰਘ ਹੁਣੀ ਇਹਦੇ ਪ੍ਰਧਾਨ ਹੈ, ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਸਾਲਾਨਾ ਕਬੱਡੀ ਦਾ ਟੂਰਨਾਮੈਂਟ ਇੱਥੇ ਸੰਮੀਪੁਰ ਵਿਖੇ ਕਰਵਾਇਆ ਜਾ ਰਿਹਾ, ਔਰ ਇਸ ਗੱਲ ਦੀ ਬੜੀ ਮੈਂ ਇੱਥੇ ਵਧਾਈ ਦਿੱਤੀ ਹੈ, ਔਰ ਸਾਰਿਆਂ ਨੂੰ ਇਹੀ ਖਿਡਾਰੀਆਂ ਨੂੰ ਮੈਂ ਮੈਸੇਜ ਦੇਣਾ ਚਾਹੁੰਦਾ, ਸਾਰੇ ਲੋਕਾਂ ਨੂੰ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਆਓ ਆਪਾਂ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਕੋਟ ਸੀ ਉਸ ਨੂੰ ਆਪਾਂ ਖਤਮ ਕਰੀਏ, ਔਰ ਖਤਮ ਕਰਕੇ ਤਾਂ ਆਪਾਂ ਇੱਕ ਚੰਗੇ ਰਸਤੇ ਜਿਹੜਾ ਆਪਾਂ ਚੱਲੀਏ, ਆਪਾਂ ਖੇਡਾਂ ਨੂੰ ਅਪਣਾਈਏ, ਆਪਾਂ ਪੜ੍ਹਾਈ ਕਰੀਏ, ਜਿਹਦੇ ਨਾਲ ਕਿ ਆਪਣਾ ਚੰਗਾ ਜੀਵਨ ਜਿਹੜਾ ਆਪਾਂ ਬਣਾ ਸਕੀਏ ਔਰ ਪੰਜਾਬ ਨੂੰ ਆਪਾਂ ਚੰਗਾ ਬਣਾ ਸਕੀਏ। ਬਿੰਦੂ ਵਾਲੀ ਚੱਕ ਜੀ ਨੂੰ ਪੁੱਛਦੇ ਹਾਂ ਕਿ ਉਹ ਕਬੱਡੀ ਆਪਣੇ ਸਮੇਂ ਦੇ ਵਿੱਚ ਖੇਡਦੇ ਰਹੇ ਆ, ਕਿ ਆਉਣ ਵਾਲੀ ਪੀੜ੍ਹੀ ਨੂੰ ਕੀ ਪ੍ਰੇਰਿਤ ਕਰਨਾ ਚਾਹੁੰਦੇ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਜਿਹੜੀ ਕਬੱਡੀ ਗੇਮ ਹੈ ਆਪਣੀ, ਇਹ ਜ਼ਰੂਰੀ ਆ। ਪੰਜਾਬ ਦੇ ਵਿੱਚ ਇੱਕੋ ਹੀ ਗੇਮ ਆ ਕਬੱਡੀ, ਜਿਹਨੂੰ ਆਪਾਂ ਮਤਲਬ ਬਹੁਤ ਜ਼ਿਆਦਾ ਵਧੀਆ ਸਮਝਦੇ ਹਾਂ, ਠੀਕ ਨਾ। ਬਸ ਗਾਂਹ ਤੋਂ ਗਾਂਹ ਜਿਹੜੇ ਮੁੰਡੇ ਆ, ਜਿੰਨੇ ਮੁੰਡੇ ਆ, ਕਬੱਡੀ ਵੱਲ ਨੂੰ ਰੁਝਾਨ ਕਰਨ, ਅਤੇ ਇਹ ਜ਼ਰੂਰੀ ਆ। ਬਾਕੀ ਗੇਮਾਂ ਕੋਈ ਆਪਾਂ ਨੂੰ ਬਾਹਲਾ ਨਹੀਂ ਹੈਗਾ, ਬਹੁਤ ਬੰਦੇ ਆ ਜਿਹੜੇ ਐਵੇਂ ਕੋਈ ਹੋ ਗਿਆ ਆਪਣਾ ਕ੍ਰਿਕਟ ਦਾ ਮੈਦਾਨ ਜਾਂ ਫਲਾਨਾ, ਉਹ ਨਹੀਂ, ਇੱਕੋ ਹੀ ਕਬੱਡੀ ਆ। ਇਸ ਕਬੱਡੀ ਨੂੰ ਵੱਧ ਤੋਂ ਵੱਧ ਮਤਲਬ ਯੋਗਦਾਨ ਦੇਣਾ ਆ, ਅਤੇ ਵੱਧ ਤੋਂ ਵੱਧ ਗੇਮ ਕਰਨੀ ਆ, ਕਿਉਂਕਿ ਇਸ ਗੇਮ ਦੇ ਵਿੱਚ ਪੈਸਾ ਆ ਬਹੁਤ ਆ, ਪਰ ਮਿਹਨਤ ਕਰਕੇ, ਮਿਹਨਤ ਤੋਂ ਬਿਨਾਂ ਨਹੀਂ, ਮਿਹਨਤ ਕਰਕੇ ਜਿਹੜਾ ਬੰਦਾ ਵਧੀਆ ਖੇਡਦਾ, ਉਹਨਾਂ ਨੂੰ ਆਪਣੇ ਜਿਹੜੇ ਬਾਹਰੋਂ ਮਤਲਬ ਫੈਡਰੇਸ਼ਨ ਵਾਲੇ ਆ, ਉਹ ਆਪ ਹੀ ਚੱਕ ਲੈਂਦੇ ਆ, ਉਹਨਾਂ ਨੂੰ ਮੁੱਲ ਮਿਲਦਾ ਆ। ਕਿਉਂਕਿ ਹੁਣ ਕਬੱਡੀ ਪਹਿਲਾਂ ਹੋਰ ਸੀ, ਹੁਣ ਕਬੱਡੀ ਕਰੋੜਾਂ ਦੇ ਵਿੱਚ, ਅਰਬਾਂ ਦੇ ਵਿੱਚ ਆ, ਲੱਖਾਂ 'ਚ ਨਹੀਂ ਹੈਗੀ। ਜਲੰਧਰ ਤੋਂ ਪਰਮਜੀਤ ਪੰਮਾ ਅਤੇ ਰਾਜਵੀਰ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦ TV NRI।